ਧੰਨ ਧੰਨ ਬਾਬਾ ਸ਼੍ਰੀ ਚੰਦ ਜੀ। ਇੱਕ ਵਾਰ ਬਾਬਾ ਸ਼੍ਰੀ ਚੰਦ ਜੀ ਕੋਲ ਨਾਨਕ ਚੱਕ ਵਿਖੇ ਬਹੁਤ ਜ਼ਿਆਦਾ ਸਾਧੂ ਆਏ। ਸਾਧੂਆਂ ਨੇ ਬਾਬਾ ਜੀ ਨੂੰ ਕਿਹਾ ਕਿ ਸਾਨੂੰ ਕੁਝ ਖਾਣ ਵਾਸਤੇ ਦਿਓ। ਉਹਨਾਂ ਨੇ ਸੋਚਿਆ ਕਿ ਇਹਨਾਂ ਕੋਲ ਕੁਝ ਖਾਣ ਨੂੰ ਨਹੀਂ ਹੈ, ਕਿੱਥੋਂ ਦੇਣਗੇ। ਬਾਬਾ ਜੀ ਨੇ ਭਾਈ ਕਮਲੀਆ ਜੀ ਨੂੰ ਕਿਹਾ ਕਿ ਇੱਕ ਬਰਤਨ ਦੇ ਉੱਤੇ ਕੱਪੜਾ ਪਾ ਦਿਓ ਅਤੇ ਜੋ ਵੀ ਕੋਈ ਕੁਝ ਵੀ ਮੰਗਦਾ ਹੈ ਉਸਨੂੰ ਉਸੇ ਮਨਮਰਜ਼ੀ ਦੇ ਮੁਤਾਬਕ ਖਾਣਾ ਦਿਓ। ਭਾਈ ਕਮਲੀਆ ਜੀ ਨੇ ਬਰਤਨ ਉੱਤੇ ਕੱਪੜਾ ਦੇ ਦਿੱਤਾ ਅਤੇ ਜੋ ਜੋ ਸਾਧੂ ਮੰਗਦਾ ਗਿਆ ਭਾਈ ਕਮਲੀਆ ਜੀ ਵਿੱਚ ਹੱਥ ਪਾਉਂਦੇ ਅਤੇ ਉਹ ਚੀਜ਼ ਬਾਹਰ ਕੱਢ ਕੇ ਉਹਨਾਂ ਨੂੰ ਦੇ ਦਿੰਦੇ। ਬਾਬਾ ਜੀ ਨੇ ਕਿਹਾ ਕਿ ਜੋ ਵੀ ਕੋਈ ਮੰਗਦਾ ਹੈ ਉਹ ਦਿਓ। ਸਾਧੂਆਂ ਨੇ ਪੇਟ ਭਰ ਕੇ ਭੋਜਨ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਦਾ ਗੁਣਗਾਨ ਕੀਤਾ। ਧੰਨ ਧੰਨ ਬਾਬਾ ਸ਼੍ਰੀ ਚੰਦ।